ਮੋਗਾ ਵਿੱਚ ਪੰਜਾਬ ਪੁਲਿਸ ਵਿੱਚ ਤਾਇਨਾਤ ਸਾਬ ਇੰਸਪੈਕਟਰ ਹਰਜੀਤ ਸਿੰਘ ਪੁਲਿਸ ਅਧਿਕਾਰੀ ਹੋਣ ਦੇ ਨਾਲ ਨਾਲ ਸਮਾਜਿਕ ਧਾਰਮਿਕ ਕੰਮਾਂ ਦੇ ਵਿੱਚ ਵੀ ਸਭ ਤੋਂ ਜ਼ਿਆਦਾ ਹਿੱਸਾ ਲੈਂਦੇ ਨੇ ਜਿੱਥੇ ਅੱਜ ਕੱਲ੍ਹ ਲੋਕ ਆਪਣਾ ਜਨਮਦਿਨ ਵੱਡੀਆਂ ਵੱਡੀਆਂ ਪਾਰਟੀਆਂ ਕਰਕੇ ਸੈਲੀਬ੍ਰੇਟ ਕਰਦੇ ਨੇ ਉੱਥੇ ਹੀ ਸਾਬ ਇੰਸਪੈਕਟਰ ਹਰਜੀਤ ਸਿੰਘ ਨੇ ਆਪਣਾ ਜਨਮਦਿਨ ਮੋਗਾ ਦੇ ਬਿਰਧ ਆਸ਼ਰਮ ਦੇ ਵਿੱਚ ਮਨਾਇਆ ਜਿੱਥੇ ਉਹਨਾਂ ਨੇ 25 ਮਰਦਾਂ ਅਤੇ ਔਰਤਾਂ ਨੂੰ ਉਹਨਾਂ ਦੇ ਪਾਉਣ ਦੇ ਲਈ ਜੋੜੇ ਕੱਪੜੇ ਬਣਵਾ ਕੇ ਦਿੱਤੇ ਉਹਨਾਂ ਕਿਹਾ ਕਿ ਇਹ ਉਹ ਲੋਕ ਹਨ ਜਿਨ੍ਹਾਂ ਨੂੰ ਉਹਨਾਂ ਦੇ ਬੱਚਿਆਂ ਨੇ ਬੇਸਹਾਰਾ ਛੱਡ ਦਿੱਤਾ ਅਤੇ ਅੱਜ ਇੱਥੇ ਰਹਿਣ ਨੂੰ ਮਜਬੂਰ ਨੇ ਅਤੇ ਮੈਂ ਅੱਜ ਇਹਨਾਂ ਦਾ ਬੇਟਾ ਬਣ ਕੇ ਆਪਣਾ ਜਨਮਦਿਨ ਇਹਨਾਂ ਦੇ ਨਾਲ ਮਨਾ ਰਿਹਾ ਹਾਂ ਜਿਸ ਨੂੰ ਲੈ ਕੇ ਅੱਜ ਮੇਰੇ ਮਨ ਦੇ ਵਿੱਚ ਬਹੁਤ ਸਕੂਨ ਹੈ ਅਤੇ ਉਹਨਾਂ ਕਿਹਾ ਕਿ ਇਸ ਕੰਮ ਵਿੱਚ ਮੇਰੇ ਨਾਲ ਮੇਰੀ ਪਤਨੀ ਵੀ ਸਾਥ ਦੇ ਰਹੀ ਹੈ ਇਹ ਮੇਰਾ ਬਰਥਡੇ ਸੀਗਾ ਉਸ ਮੰਤਵ ਦੇ ਵਿੱਚ ਅੱਜ ਅਸੀਂ ਬਿਰਧ ਆਸ਼ਰਮ ਵਿੱਚ ਆਏ ਸੀਗੇ ਅਤੇ ਜਿੰਨੇ ਵੀ ਬਜ਼ੁਰਗ ਸੀਗੇ ਜਿਨ੍ਹਾਂ ਵਿੱਚ ਅੱਠ ਲੇਡੀਜ਼ ਸੀਗੀਆਂ ਔਰ 17 ਜੈਂਟਸ ਆ ਇਹਨਾਂ ਦੇ ਅਸੀਂ ਕੱਪੜੇ ਤਿਆਰ ਕਰਵਾ ਕੇ ਮੈਂ ਅਤੇ ਮੇਰੀ ਟੀਮ ਅਤੇ ਮੇਰਾ ਪਰਿਵਾਰ ਸਾਰੇ ਅੱਜ ਇੱਥੇ ਆਏ ਹਾਂ ਔਰ ਸਾਰਿਆਂ ਨੂੰ ਅੱਜ ਕੱਪੜੇ ਜਿਹੜੇ ਦਿੱਤੇ ਗਏ ਆ ਨਾਲ ਹੀ ਜਿਹੜੇ ਇੱਕ ਡਾਕਟਰ ਸਾਹਿਬ ਆਏ ਆ ਡਾਕਟਰ ਸੁਜੀਵ ਗਾਭਾ ਜੀ ਉਹ ਸਾਰੇ ਜਿੰਨੇ ਵੀ ਬਜ਼ੁਰਗ ਆ ਸਾਡੇ ਉਹਨਾਂ ਦਾ ਜਿਹੜਾ ਚੈੱਕਅਪ ਕਰ ਰਹੇ ਹਾਂ ਅਤੇ ਜਿਹੜੀ ਵੀ ਜ਼ਰੂਰਤ ਹੋਵੇ ਦਵਾਈ ਦਿੱਤੀ ਜਾਊਗੀ ਵੈਸੇ ਤਾਂ ਮੇਰਾ ਇਹੀ ਆ ਜਿਹੜੇ ਸਾਡੇ ਯੂਥ ਆ ਜਿਹੜੇ ਸਾਡੇ ਨੌਜਵਾਨ ਆ ਉਹਨਾਂ ਨੂੰ ਬੇਨਤੀ ਇਹ ਵੀ ਜਿਹਨਾਂ ਨੇ ਸਾਨੂੰ ਪਾਲ ਪੋਸ ਕੇ ਐਡਾ ਕੀਤਾ ਅਸੀਂ ਇਹਨਾਂ ਦੀ ਸਾਂਭ ਸੰਭਾਲ ਕਰੀਏ ਸਾਨੂੰ ਬਿਰਧ ਆਸ਼ਰਮ ਦੀ ਲੋੜ ਹੀ ਨਾ ਪਵੇ ਇਹ ਬੜਾ ਅਫਸੋਸ ਆ ਬੜੇ ਦੁਖੀ ਮਨ ਦੇ ਨਾਲ ਜੀ ਅਸੀਂ ਜਿਹੜੀ ਅੱਜ ਸੇਵਾ ਕਰ ਰਹੇ ਹਾਂ ਔਰ ਜੋ ਬਜ਼ੁਰਗਾਂ ਦਾ ਅਸੀਂ ਹਾਲ ਦੇਖਿਆ ਬੜਾ ਜਿਹੜਾ ਅਫਸੋਸਨਾਇਕ ਆ ਘਰ ਘਰ ਹੀ ਹੁੰਦਾ ਜਦੋਂ ਘਰੋਂ ਬਾਹਰ ਪੜਾ ਕਿੰਨੀਆਂ ਵੀ ਸੁਵਿਧਾ ਹੋਣ ਉਹ ਜਿਹੜੀਆਂ ਚੰਗੀਆਂ ਨਹੀਂ ਲੱਗਦੀਆਂ ਇਸ ਕਰਕੇ ਮੇਰਾ ਮੈਸੇਜ ਨੌਜਵਾਨਾਂ ਨੂੰ ਵੀ ਅਸੀਂ ਆਪਦੇ ਬਜ਼ੁਰਗਾਂ ਦੀ ਸਾਂਭ ਸੰਭਾਲ ਕਰੀਏ ਉਹਨਾਂ ਦੀ ਦੇਖਭਾਲ ਕਰੀਏ ਇਹੀ ਇੱਕ ਰੱਬ ਅਤੇ ਪਰਮੇਸ਼ਰ ਆ ਜਿਨ੍ਹਾਂ ਨੇ ਸਾਨੂੰ ਐਡਾ ਪਾਲ ਪੋਸ ਕੇ ਐਡਾ ਕੀਤਾ ਅਤੇ ਦੁਨੀਆ ਦਿਖਾਈ ਹੈ ਇੱਥੇ ਅਸੀਂ ਆਏ ਸੀਗੇ 27/6 ਨੂੰ ਤਾਂ ਮੇਰੇ ਬੇਟੇ ਦਾ ਵੀ ਬਰਥ ਸੀਗਾ ਬਰਥਡੇ ਸੀ ਅਤੇ ਇਹਨਾਂ ਦਾ ਵੀ ਬਰਥਡੇ ਸੀਗਾ ਤਾਂ ਅਸੀਂ ਦੇਖਿਆ ਕਿ ਇੱਥੇ ਵਿਚਾਰੇ ਬਜ਼ੁਰਗ ਕੱਪੜੇ ਤਾਂ ਪਾਏ ਹੋਏ ਸੀ ਉਹਨਾਂ ਦੇ ਪਰ ਲੇਕਿਨ ਸਾਨੂੰ ਠੀਕ ਨਹੀਂ ਲੱਗਿਆ ਅਸੀਂ ਸੋਚਿਆ ਵੀ ਚਲੋ ਸਾਰਿਆਂ ਨੂੰ ਬਣਾ ਕੇ ਦੇ ਕੇ ਜਾਵਾਂਗੇ ਤਾਂ ਹੁਣ ਅਸੀਂ ਉਹਨਾਂ ਨੂੰ ਕੱਪੜੇ ਦੇਣ ਆਏ ਸੀਗੇ ਦੇਖੋ ਜਿਵੇਂ ਹੁਣ ਆਪਾਂ ਪੌਦਾ ਹੁੰਦਾ ਛੋਟਾ ਜਿਹਾ ਲੈਂਦੇ ਹਾਂ ਆਪਾਂ ਉਹ ਪੌਦੇ ਨੂੰ ਪਾਲ ਪਾਲ ਕੇ ਆਪਾਂ ਵੱਡਾ ਕਰਦੇ ਹਾਂ ਹੈ ਨਾ ਦੇਖੋ ਆਪਾਂ ਨੂੰ ਉਮੀਦ ਹੁੰਦੀ ਸਾਨੂੰ ਛਾਂ ਦਊਗਾ ਫਰੂਟ ਵਾਲਾ ਸਾਨੂੰ ਫਰੂਟ ਦਊਗਾ ਪਰ ਲੇਕਿਨ ਆਪਣੇ ਬੱਚਿਆਂ ਨੂੰ ਆਪਾਂ ਇੱਦਾਂ ਹੀ ਪਾਲਦੇ ਹਾਂ ਵੀ ਅਸੀਂ ਹੁਣ ਇਹਨਾਂ ਨੂੰ ਪਾਲ ਪਲੋਸ ਕੇ ਪੜ੍ਹਾਉਣੇ ਲਿਖਾਉਣੇ ਕੋਈ ਜੋਬ ਦਿਲਾਉਣੇ ਆ ਅਤੇ ਪੇਰੈਂਟਸ ਨੂੰ ਉਹ ਸਾਂਭਦੇ ਨਹੀਂ ਹੈਗੇ ਦੇਖੋ ਉਹਨਾਂ ਨੂੰ ਇੱਦਾਂ ਨਹੀਂ ਕਰਨਾ ਚਾਹੀਦਾ ਕਿਉਂਕਿ ਪੇਰੈਂਟਸ ਜਿਹੜਾ ਹੁੰਦਾ ਵਾ ਉਹ ਆਪਣੇ ਵਾਸਤੇ ਇੱਕ ਗੁਰੂ ਆ ਆ ਪਰਮਾਤਮਾ ਦੇ ਵੀ ਗੁਰਬਾਣੀ 'ਚ ਵੀ ਆਇਆ ਵੀ ਸਭ ਤੋਂ ਪਹਿਲਾਂ ਤੁਹਾਡਾ ਜਿਹੜਾ ਮਾਂ ਪਿਓ ਮਾਤਾ ਨੂੰ ਗੁਰੂ ਮੰਨਿਆ ਗਿਆ ਉਸ ਤੋਂ ਬਾਅਦ ਪਿਤਾ ਨੂੰ ਗੁਰੂ ਮੰਨਿਆ ਗਿਆ ਉਸ ਤੋਂ ਬਾਅਦ ਫਿਰ ਗੁਰੂ ਸਾਹਿਬ ਨੇ ਗੁਰੂ ਨੂੰ ਗੁਰੂ ਮਨਾਇਆ ਵਾ ਪਰ ਇਹ ਲੋਕ ਇਹਨਾਂ ਚੀਜ਼ਾਂ ਨੂੰ ਸਮਝਦੇ ਨਹੀਂ ਹੈਗੇ ਪਤਾ ਨਹੀਂ ਸਮਝ ਨਹੀਂ ਹੈਗੀ ਉਹਨਾਂ ਲੋਕਾਂ ਨੂੰ ਪਤਾ ਨਹੀਂ ਉਹ ਕਿਸੇ ਦੇ ਨਾਲ ਜੁੜੇ ਨਹੀਂ ਹੈਗੇ ਤਾਂ ਇਸ ਕਰਕੇ ਉਹਨਾਂ ਨੂੰ ਇਹ ਨਹੀਂ ਚਾਹੀਦਾ ਕਿ ਆਪਣੇ ਮਾਂ ਬਾਪ ਨੂੰ ਘਰੋਂ ਬਾਹਰ ਕੱਢੋ ਤਾਂ ਉਹਨਾਂ ਨੂੰ ਰੱਖਣਾ ਚਾਹੀਦਾ ਆਪਦੇ ਮਾਂ ਬਾਪ ਜੇ ਸਾਨੂੰ ਮਾਂ ਬਾਪ ਸਾਨੂੰ 5-6 ਬੱਚਿਆਂ ਨੂੰ ਪਾਲ ਸਕਦੇ ਕਿ ਅਸੀਂ ਇੱਕ ਮਾਂ ਬਾਪ ਨੂੰ ਨਹੀਂ ਪਾਲ ਸਕਦੇ ਅਤੇ ਅਸੀਂ ਉਹਨੂੰ ਪਾਲ ਹੀ ਨਹੀਂ ਸਕਦੇ ਕਿਉਂਕਿ ਅਸੀਂ ਉਹਨੂੰ ਧਕੇਲਦੇ ਹਾਂ ਅੱਜ ਸਾਨੂੰ ਮਾਂ ਪਿਓ ਤੋਂ ਅਸੀਂ ਕੋਈ 1 ਰੁਪਈਆ ਮੰਗਦੇ ਹਾਂ ਸਾਨੂੰ ਦੱਸ ਦਿੰਦੇ ਆ ਸਾਡਾ ਮਾਂ ਪਿਓ ਸਾਡੇ ਤੋਂ ਕੁਛ ਨਹੀਂ ਮੰਗਦਾ ਸਿਰਫ ਪਿਆਰ ਮੰਗਦਾ ਉਹ ਕਹਿੰਦੇ ਸਾਨੂੰ ਰੋਟੀ ਦਿਓ ਬੈਠਿਆਂ ਦੀ ਸੇਵਾ ਕਰੋ ਉਹ ਸਾਨੂੰ ਦੇਖ ਕੇ ਖੁਸ਼ ਹੁੰਦੇ ਆ ਪਰ ਅਸੀਂ ਲੇਕਿਨ ਅਸੀਂ ਇੱਦਾਂ ਦੇ ਹੋ ਗਏ ਹਾਂ ਕਿ ਅਸੀਂ ਬਸ ਦਿਮਾਗ 'ਚ ਇਹੀ ਹੋਇਆ ਮਾਂ ਪਿਓ ਸਾਡਾ ਕੁਛ ਨਹੀਂ ਹੈਗਾ ਜੋ ਆ ਸਾਡੇ ਮੈਂ ਨਹੀਂ ਕਹਿੰਦੀ ਮੈਂ ਵੀ ਇੱਕ ਲੇਡੀਜ਼ ਹਾਂ ਮੈਂ ਵੀ ਕਿਸੇ ਦੇ ਘਰ ਆਈ ਹੋਈ ਹਾਂ ਬਗਾਨੀ ਧੀ ਹਾਂ ਪਰ ਮੈਂ ਕਹਿੰਦੀ ਹਾਂ ਜ਼ਿਆਦਾ ਰੋਲ ਧੀਆਂ ਬਗਾਨੀਆਂ ਨਾਲੋਂ ਬੇਟਿਆਂ ਦਾ ਵੀ ਰੋਲ ਜ਼ਿਆਦਾ ਹੁੰਦਾ ਕਿਉਂਕਿ ਜੇ ਉਹ ਚਾਹੁਣ ਵੀ ਸਾਡਾ ਮਾਂ ਬਾਪ ਉਹ ਬਗਾਨੀ ਧੀ ਦਾ ਕਿਸੇ ਦਾ ਕੋਈ ਕੁਛ ਨਹੀਂ ਹੁੰਦਾ ਕੁਛ ਨਹੀਂ ਕਰ ਸਕਦੀ ਉਹ ਕਿਉਂਕਿ ਅਸੀਂ ਵੀ ਤਾਂ ਹੈਗੇ ਹੀ ਹਾਂ ਅੱਜ ਕੱਲ੍ਹ ਨੂੰ ਸਾਡੇ ਨਾਲ ਵੀ ਇੱਦਾਂ ਹੀ ਹੋਣਾ ਵਾ ਜਿੱਦਾਂ ਅਸੀਂ ਮਾਂ ਬਾਪ ਨਾਲ ਕਰਾਂਗੇ ਇੱਦਾਂ ਹੀ ਸਾਡੇ ਨਾਲ ਹੋਣਾ ਕਿ ਇਹ ਮੇਰੇ ਸਾਰੇ ਮੇਰੇ ਹੱਥ ਜੋੜ ਕੇ ਬੇਨਤੀ ਆ ਕਿ ਤੁਸੀਂ ਸਾਰੇ ਜਾਣੇ ਆਪਦੇ ਮਾਂ ਬਾਪ ਨੂੰ ਸਾਂਭੋ ਸਾਂਭ ਸੰਭਾਲ ਕਰੋ ਕਿਉਂਕਿ ਇਹਨਾਂ ਦੇ ਨਾਲ ਹੀ ਆ ਜੇ ਇਹਨਾਂ ਦਾ ਆਸ਼ੀਰਵਾਦ ਆ ਤਾਂ ਗੁਰੂ ਦਾ ਆਸ਼ੀਰਵਾਦ ਆ ਕਿਸੇ ਤੀਰਥ ਨਾਲ ਹੋ ਯਾਤਰਾ ਨਾਲ ਹੋ ਤੁਹਾਨੂੰ ਕੁਛ ਨਹੀਂ ਮਿਲਣਾ ਜਿੰਨੀ ਦੇਰ ਅਸੀਂ ਆਪਦੇ ਮਾਂ ਪਿਓ ਨੂੰ ਨਹੀਂ ਸਾਂਭ ਸਕਦੇ ਉੱਥੇ ਇਸ ਬਿਰਧ ਆਸ਼ਰਮ ਨੂੰ ਚਲਾ ਰਹੇ ਹਵਲਦਾਰ ਜਸਵੀਰ ਸਿੰਘ ਨੇ ਕਿਹਾ ਕਿ ਸਾਨੂੰ ਅੱਜ ਦੇ ਇਸ ਦੌਰ ਵਿੱਚ ਫਾਲਤੂ ਖਰਚਿਆਂ ਨੂੰ ਘਟਾ ਦੇਣਾ ਚਾਹੀਦਾ ਅਤੇ ਆਪਣੇ ਬੱਚਿਆਂ ਦੇ ਜਨਮਦਿਨ ਦੇ ਵਿੱਚ ਵੱਡੀਆਂ ਵੱਡੀਆਂ ਪਾਰਟੀਆਂ ਦੀ ਬਜਾਏ ਇਸ ਤਰ੍ਹਾਂ ਦੇ ਬਿਰਧ ਆਸ਼ਰਮਾਂ ਵਿੱਚ ਜਾ ਕੇ ਮਨਾਉਣੇ ਚਾਹੀਦੇ ਨੇ ਕਿਉਂਕਿ ਜੇਕਰ ਇਹਨਾਂ ਦੇ ਨਾਲ ਕੋਈ ਵੀ ਖੁਸ਼ੀ ਬਣਦੇ ਹਾਂ ਤਾਂ ਇਹਨਾਂ ਨੂੰ ਵੀ ਖੁਸ਼ੀ ਮਿਲਦੀ ਹੈ ਇਸ ਤਰ੍ਹਾਂ ਜੀ ਸਾਡੇ ਸਬ ਇੰਸਪੈਕਟਰ ਪੰਜਾਬ ਪੁਲਿਸ ਸਰਦਾਰ ਹਰਜੀਤ ਸਿੰਘ ਜੀ ਦਾ ਪਿੱਛੇ ਜਿਹੇ ਇਹਨਾਂ ਨੇ ਜਨਮਦਿਨ ਮਨਾਇਆ ਆਪਣਾ ਬਾਬਾ ਹੈਦਰ ਸ਼ੇਖ ਬਿਰਧ ਆਸ਼ਰਮ ਬੇਦੀ ਨਗਰ ਮੋਗਾ ਵਿੱਚ ਜਿੰਨੇ ਵੀ ਸਾਡੇ ਬਜ਼ੁਰਗ ਮਾਤਾ ਪਿਤਾ ਰਹਿੰਦੇ ਹੈਗੇ ਉਹਨਾਂ ਨੇ ਆਪਣਾ ਇਹਨਾਂ ਨੇ ਜਨਮਦਿਨ ਸੈਲੀਬ੍ਰੇਟ ਕੀਤਾ ਉਸ ਦਿਨ ਹੀ ਇਹਨਾਂ ਨੇ ਵਾਅਦਾ ਕੀਤਾ ਸੀ ਬਜ਼ੁਰਗਾਂ ਨਾਲ ਕਿ ਮੈਂ ਇੱਥੇ ਜਿੰਨੇ ਵੀ ਬਜ਼ੁਰਗ ਰਹਿ ਰਹੇ ਆ ਸਾਰਿਆਂ ਨੂੰ ਜਿੰਨੇ ਵੀ ਮਾਤਾ ਜੀ ਬਜ਼ੁਰਗ ਰਹਿੰਦੇ ਹੈਗੇ ਸਾਰਿਆਂ ਵਾਸਤੇ ਕੱਪੜੇ ਲੈ ਕੇ ਆਵਾਂਗੇ ਸਿਲਾਈ ਕਰਾ ਕੇ ਉਹ ਨਾਪ ਲੈ ਗਏ ਸੀਗੇ ਅਤੇ ਅੱਜ ਉਹ ਕੱਪੜੇ ਹੈਗੇ ਆ ਜਿਹੜੇ ਸਟਿਚ ਕਰਵਾ ਕੇ ਸਾਰੇ ਬਜ਼ੁਰਗਾਂ ਵਾਸਤੇ ਲੈ ਕੇ ਆਏ ਅਤੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਗਾ ਪਰਮਾਤਮਾ ਇਹਨਾਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਵੇ ਅਤੇ ਇਹਨਾਂ ਤੋਂ ਹੋਰ ਵੀ ਜਿੰਨੇ ਸਾਡੇ ਹੈਗੇ ਹੈਗੇ ਵੀਰ ਭੈਣ ਭਰਾ ਉਹਨਾਂ ਨੂੰ ਵੀ
ਬੇਸਹਾਰਾ ਬਜ਼ੁਰਗਾਂ ਨਾਲ ਬਿਰਧ ਆਸ਼ਰਮਾਂ ਵਿੱਚ ਜਾ ਕੇ ਮਨਾਉਣੇ ਚਾਹੀਦੇ ਆ, ਜਾਂ ਕਿਸੇ ਲੋੜਵੰਦ ਪਰਿਵਾਰ ਦੀ ਹੈਲਪ ਕਰਕੇ, ਜਾਂ ਕਿਸੇ ਦਾ ਇਲਾਜ ਕਰਾ ਕੇ ਜਨਮ ਦਿਨ ਮਨਾਉਣੇ ਚਾਹੀਦੇ ਆ, ਨਾ ਕਿ ਕਿਸੇ ਹੋਟਲਾਂ ਕਲੱਬਾਂ ਦੇ ਵਿੱਚ ਨਹੀਂ ਮਨਾਉਣੇ ਚਾਹੀਦੇ। ਅਸੀਂ ਪਹਿਲਾਂ ਆਪਣਾ ਜਿਹੜਾ ਹੈਗਾ ਪੈਸਾ ਬਹੁਤ ਵੇਸਟ ਕਰ ਚੁੱਕੇ ਹਾਂਗੇ, ਉਹ ਜਿਹੜਾ ਆਨੰਦ ਹੁੰਦਾ ਸਾਰਾ 10-15 ਮਿੰਟ ਦਾ ਹੁੰਦਾ ਗਾ, ਇਹ ਜਿਹੜਾ ਆਨੰਦ ਹੈਗਾ ਇਹ ਬਹੁਤ ਸਮੇਂ ਤੱਕ ਰਹੇਗਾ। ਅਤੇ ਇਸੇ ਤਰ੍ਹਾਂ ਹੀ ਸਰਦਾਰ ਹਰਜੀਤ ਸਿੰਘ ਜੀ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾਗਾ, ਅਤੇ ਸਾਰਿਆਂ ਨੂੰ ਮੈਂ ਅਪੀਲ ਕਰਦਾਗਾ ਆਪਣੇ ਜਨਮ ਦਿਨ ਲੋੜਵੰਦਾਂ ਨਾਲ ਹੈਲਪ ਕਰਕੇ ਮਨਾਇਆ ਕਰੋ।